वेलकम बैक टू माय YouTube चैनल सो so, इस वीडियो ਦੇ ਵਿੱਚ ਬੱਚੇ ਅਸੀਂ ਗ੍ਰੈਵਿਟੇਸ਼ਨ ਚੈਪਟਰ ਦੇ 3 ਮਾਰਕਸ ਦੇ ਕੁਸ਼ਚਨ ਡਿਸਕਸ ਕਰਨ ਜਾ ਰਹੇ ਹਾਂ ਸੋ ਲਾਸਟ ਵੀਡੀਓ ਦੇ ਵਿੱਚ ਬੱਚੇ ਅਸੀਂ 1 ਮਾਰਕਸ ਦੇ ਕੁਸ਼ਚਨ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਗੱਲ ਕਰਾਂਗੇ ਗ੍ਰੈਵਿਟੇਸ਼ਨ ਦੇ ਮੋਸਟ ਇੰਪੋਰਟੈਂਟ 3 ਮਾਰਕਸ ਦੇ ਕੁਸ਼ਚਨਸ ਸੋ ਬੱਚੇ ਸਭ ਤੋਂ ਪਹਿਲਾਂ ਆਪਣਾ ਸਿਲੇਬਸ ਚੈੱਕ ਕਰ ਲਓ ਕੇਪਲਰਸ ਲਾਅ ਆਏਗਾ ਯੂਨੀਵਰਸਲ ਲਾਅ ਆਫ ਗ੍ਰੈਵਿਟੇਸ਼ਨ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੇ ਬੱਚੇ ਦੋ ਆਰਟੀਕਲਸ ਆ ਐਲਟੀਟਿਊਡ ਮਤਲਬ ਹਾਈਟ ਔਰ ਡੈਪਥ ਮਤਲਬ ਡੁੰਗਾਈ ਦੇ ਵਿੱਚ देन ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਅ ਸਕੇਪ ਵੈਲੋਸਿਟੀ অরਬਿਟਲ ਵੈਲੋਸਿਟੀ ਐਂਡ ਲਾਸਟ ਵਨ ਇਜ਼ ਅ ਜੀਓਸਟੇਸ਼ਨਰੀ ਸੈਟਲਾਈਟ ਸੋ ਜਿੰਨੀਆਂ ਬੱਚੇ ਅੰਡਰਲਾਈਨ ਕੀਤੇ ਗਏ ਆ ਇਹ ਵਾਲੇ ਜਿਹੜੇ ਆ ਤੁਹਾਡੇ ਲੌਂਗ ਕੁਐਸ਼ਨਸ ਬਣਦੇ ਆ ਸੋ ਆਪਾਂ ਇੱਕ ਵਾਰੀ ਡਿਸਕਸ ਕਰਾਂਗੇ ਕਿ ਲੌਂਗ ਕੁਐਸ਼ਨ ਕਿਸ ਫਾਰਮ ਦੇ ਵਿੱਚ ਆਣਗੇ ਤਾਂ ਉਹਦਾ ਆਨਸਰ ਅਸੀਂ ਕਿਸ ਤਰੀਕੇ ਨਾਲ ਲਿਖਣਾ ਸਭ ਤੋਂ ਪਹਿਲਾਂ ਬੱਚੇ ਕੈਪਲਰਜ਼ ਲਾਅ ਦੇਖੋ Kepler's law is a most most important for 1 marks as well as a 3 marks jidda ki tuhanu pata bachche cho 1 marks da question vi aayega aur echo 3 marks da question vi aayega Kepler's de tin laws a tin de tin laws bachche 1 1 marks di definition de vich puchhe ja sakdi hai ya fir long article de vich 3 marks da question vi tin de tin laws puchhe ja sakde hai but it's a very rarer chance ke 3 marks da question direct puchha jaave बट वन वन मार्क्स के लिए मोस्ट इंपोर्टेंट है नैक्सट आ जाओ एक्सरेशन ड्यू टू ग्रैविटी जो आ बच्चे का एल्टीट्यूड और डेफ वाला जो आर्टिकल है वो मोस्ट इंपोर्टेंट है मतलब कि क्वेश्चन नंबर वन क्वेश्चन नंबर टू नैक्सट आ जाओ क्वेश्चन नंबर थ्री ग्रेविटेनल पोटेंशियल एनर्जी क्वेश्चन नंबर फोर ग्रेविटेनल पोटेंशियल क्वेश्चन नंबर फाइव असके वेलोसिटी क्वेश्चन नंबर सिक्स ऑर्बिटल वेलोसिटी सिर्फ छे क्वेश्चन अगर बहुत ज़्यादा अच्छे तरीके प्रिपेयर करके जाने ਤਾਂ ਬੱਚੇ 3 ਮਾਰਕਸ ਦਾ ਕੁਐਸਚਨ ਜੋ ਤੁਹਾਡਾ ਥਿਉਰੀ ਕੁਐਸਚਨ ਹੋਏਗਾ 100% ਕਵਰ ਹੋ ਜਾਏਗਾ ਅਗਰ ਤੁਸੀਂ ਨਾਲ ਨਿਊਮੈਰਿਕਲ ਬਹੁਤ ਅੱਛੇ ਤਰੀਕੇ ਨਾਲ ਪ੍ਰਪੇਅਰ ਕਰਕੇ ਜਾਂਦੇ ਆਂ ਅਗਰ ਤੁਸੀਂ ਨਿਊਮੈਰਿਕਲ ਨਹੀਂ ਪ੍ਰਪੇਅਰ ਕਰਕੇ ਜਾਂਦੇ ਤਾਂ ਬੱਚੇ ਕੈਪਲਰਸ ਲਾ ਬਹੁਤ ਅੱਛੇ ਤਰੀਕੇ ਨਾਲ ਪ੍ਰਪੇਅਰ ਕਰਕੇ ਜਾਓ ਅਗਰ ਤੁਸੀਂ ਨਿਊਮੈਰਿਕਲ ਛੱਡ ਕੇ ਜਾ ਰਹੇ ਇਟ ਮੀਨਸ ਤੁਹਾਡੀ ਥਿਉਰੀ ਜਿਹੜੀ ਆ 100% ਐਕੂਰੇਟ ਹੋਣੀ ਚਾਹੀਦੀ ਆ ਸੋ ਗ੍ਰੈਵਿਟੇਸ਼ਨਲ জিও ਸਟੇਸ਼ਨਰੀ ਸੈਟਲਾਈਟ ਜਿਹੜੀ ਆ ਤੁਹਾਨੂੰ ਅੱਛੇ ਤਰੀਕੇ ਨਾਲ ਆਂਦੀ ਹੋਣੀ ਚਾਹੀਦੀ ਆ ਨਿਊਟਨਸ ਲਾਅ ਆਫ ਗ੍ਰੈਵਿਟੇਸ਼ਨ ਫਰੋਮ ਕੈਪਲਰਸ ਲਾਅ ਕੁਐਸਚਨ ਅੱਛੇ ਤਰੀਕੇ ਨਾਲ ਆਂਦਾ ਹੋਣਾ ਚਾਹੀਦਾ ਆ ਸੋ ਬੱਚੇ ਆਪਾਂ ਕੁਐਸਚਨ ਡਿਸਕਸ ਕਰ ਲੈਣੇ ਆ ਹੁਣ ਕੁਐਸਚਨ ਨੰਬਰ 1 ਇਜ਼ ਡਿਸਕਸ ਦਾ ਵੇਰੀ ਵੇਰੀਏਸ਼ਨ ਆਫ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਵਿਦ ਐਲਟੀਟਿਊਡ ਬੱਚੇ ਐਲਟੀਟਿਊਡ ਦਾ ਮਤਲਬ ਕੀ ਆ ਹਾਈਟ ਅਗਰ ਹਾਈਟ ਲਿਖਿਆ ਆਂਦਾ ਤਾਂ ਵੀ ਠੀਕ ਆ ਅਗਰ ਐਲਟੀਟਿਊਡ ਵਰਡ ਲਿਖਿਆ ਆਂਦਾ ਆ ਬੱਚੇ ਤਾਂ ਵੀ ਅਸੀਂ ਹਾਈਟ ਵਾਲਾ ਆਰਟੀਕਲ ਜਿਹੜਾ ਆ ਕਰਕੇ ਆਵਾਂਗੇ ਸੋ ਬੱਚੇ ਇਸ ਤਰੀਕੇ ਨਾਲ ਤੁਸੀਂ ਸਟਾਰਟਿੰਗ ਕਰਨੀ ਆ ਜੋ ਡਾਇਗਰਾਮ ਆ ਉਹ ਇਸ ਤਰੀਕੇ ਨਾਲ ਬੱਚੇ ਪ੍ਰੋਪਰ ਪੈਨਸਲ ਦੇ ਨਾਲ ਨੀਟ ਐਂਡ ਕਲੀਨ ਡਰਾ ਕੀਤੀ ਹੋਣੀ ਚਾਹੀਦੀ ਆ ਬੱਚੇ ਸਕੇਲ ਦੇ ਨਾਲ ਜਿਹੜੀਆਂ ਲਾਈਨਸ ਆ ਸਕੇਲ ਦੇ ਨਾਲ ਪ੍ਰੋਪਰ ਲਗਾਓ ਔਰ ਪੁਆਇੰਟਸ ਏ ਬੀ ਪੁਆਇੰਟ ਜਿਹੜਿਆ ਪ੍ਰੋਪਰ ਮੈਂਸ਼ਨ ਕਰਕੇ ਆਓ ਹੁਣ ਦੂਸਰੀ ਚੀਜ਼ ਦਾ ਬੱਚੇ ਧਿਆਨ ਰੱਖੋ ਪੇਪਰ ਦੇ ਵਿੱਚ ਸ਼ੀਟਸ ਤੁਹਾਨੂੰ ਐਕਸਟਰਾ ਨਹੀਂ ਮਿਲਦੀਆਂ ਸੋ ਸ਼ੀਟਸ ਦੇ ਜਿਹੜਾ ਆ ਰਾਈਟ ਹੈਂਡ ਸਾਈਡ ਤੇ ਡਾਇਗਰਾਮ ਬਣਾਓ ਜਿਹਦਾ ਬੁੱਕ ਦੇ ਵਿੱਚ ਬਣਾਈ ਗਈ ਆ ਔਰ ਲੈਫਟ ਹੈਂਡ ਸਾਈਡ ਤੇ ਪੇਜ ਬਚ ਗਿਆ ਔਰ ਇੱਥੇ ਜੜੀ ਆਪਣੇ ਮੈਥਮੈਟਿਕਲ ਪੋਰਸ਼ਨ ਲਿਖ ਕੇ ਆਓ ਬਹੁਤ ਸਾਰੇ ਸਟੂਡੈਂਟ ਕੀ ਕਰਦੇ ਆ ਡਾਇਗਰਾਮ ਨੂੰ ਬਿਲਕੁਲ ਸੈਂਟਰ ਵਿੱਚ ਬਣਾ ਦਿੰਦੇ ਆ ਔਰ ਸ਼ੀਟਸ ਐਂਡ ਵਿੱਚ ਪੇਪਰ ਵਿੱਚ ਛੁੱਟ ਜਾਂਦੀਆਂ ਆ ਸੋ ਟਰਾਈ ਕਰੋ ਬੱਚੇ ਰਿਵੀਜ਼ਨ ਦੇ ਨਾਲ-ਨਾਲ ਆਪਣੇ ਪੇਪਰ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਨਾ ਆ ਲਿਖਣਾ ਕਿੱਦਾਂ ਆ ਸਪੀਡ ਕਿੱਦਾਂ ਮੈਨੇਜ ਕਰਨੀ ਸਾਰਾ ਕੁਝ ਨਾਲ ਦੀ ਨਾਲ ਕਰੋ ਠੀਕ ਹੈ ਜੀ ਸੋ ਆਹ ਕੁਐਸਚਨ ਹੋ ਗਿਆ ਬੱਚੇ ਤੁਹਾਡਾ ਐਲਟੀਟਿਊਡ ਵਾਲਾ ਨੈਕਸਟ ਕੁਐਸਚਨ ਆ ਡੈਪਥ ਅਗਰ ਡੈਪਥ ਵਾਲਾ ਕੁਐਸਚਨ ਆ ਜਾਂਦਾ ਹੈ ਤਾਂ ਅਸੀਂ ਕਿਹੜਾ ਕੁਐਸਚਨ ਕਰਨਾ ਡਿਸਕਸ ਤਾਂ ਕੁਐਸਚਨ ਬਥੇ ਕਿਸ ਤਰੀਕੇ ਨਾਲ ਆਏਗਾ ਡਿਸਕਸ ਦਾ ਵੇਰੀਏਸ਼ਨ ਆਫ ਐਕਸਲੇਰੇਸ਼ਨ ਡਿਊ ਟੂ ਗ੍ਰੈਵਿਟੀ ਵਿਦ ਡੈਪਥ ਡੂੰਗਾ ਇਹਦੇ ਵਿੱਚ ਅਗਰ ਜਾ ਰਿਹਾ ਹੈ ਤਾਂ ਕਿਸ ਤਰੀਕੇ ਨਾਲ ਅਸੀਂ ਆਰਟੀਕਲ ਕਰਾਂਗੇ ਸੋ ਬੱਚੇ ਆਰਟੀਕਲ ਧਿਆਨ ਨਾਲ ਚੈੱਕ ਕਰ ਲੈਣਾ ਅਗਰ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਬੱਚੇ ਤੁਹਾਨੂੰ ਐਕਸਪਲੇਨੇਸ਼ਨ ਚਾਹੀਦੀ ਹੈ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਅੰਦਰ ਯੂਨਿਟ 6 ਜਿਹੜਾ ਲਿੰਕ ਓਪਨ ਕਰਕੇ ਦੇਖ ਲੈਣਾ ਤੁਹਾਨੂੰ ਹਰ ਕਵੈਸਚਨ ਦੇ ਉੱਪਰ ਜਿਹੜਾ ਆ ਬੱਚੇ ਲੈਕਚਰ ਮਿਲ ਜੇਗਾ ਸੋ ਅਗਰ ਤੁਸੀਂ ਕਦੇ ਵੀ ਇਹਨਾਂ ਨੂੰ ਨਹੀਂ ਦੇਖਿਆ ਹੋਇਆ ਜਾਂ ਤੁਹਾਨੂੰ ਨਹੀਂ ਪਤਾ ਕਿਹੜੀ ਟਰਮ ਕਿਸ ਤਰੀਕੇ ਨਾਲ ਆ ਰਹੀ ਆ ਪਲੀਜ਼ ਤੁਸੀਂ ਵੀਡੀਓ ਲੈਕਚਰ ਜਿਹੜਾ ਆ ਸੁਣ ਸਕਦੇ ਆ ਠੀਕ ਹੈ ਸੋ ਬੱਚੇ ਜਿੱਦਾਂ ਹੀ ਕਵੈਸਚਨ ਦਾ ਐਂਡ ਹੁੰਦਾ ਆ ਤਾਂ ਆਪਣਾ ਰਿਜ਼ਲਟ ਨੂੰ ਬਾਕਸ ਦੇ ਅੰਦਰ ਬੰਦ ਕਰਕੇ ਆਓ ਲਾਸਟ ਦੇ ਵਿੱਚ ਰਿਜ਼ਲਟ ਮੈਂਸ਼ਨ ਜ਼ਰੂਰ ਕਰੋ ਅਗਰ ਤੁਸੀਂ ਰਿਜ਼ਲਟ ਨਹੀਂ ਲਿਖ ਕੇ ਆਨੇ ਤਾਂ ਤੁਹਾਡਾ ਹਾਫ ਮਾਰਕਸ ਕੱਟਿਆ ਜਾਂਦਾ ਮੰਨ ਲਓ 3 ਨੰਬਰ ਦਾ ਕਵੈਸਚਨ ਹੈ ਤਾਂ ਤੁਹਾਡੇ 2.5 ਨੰਬਰ ਹੀ ਆਣਗੇ ਅਗਰ ਤੁਸੀਂ ਰਿਜ਼ਲਟ ਲਿਖਣਾ ਭੁੱਲ ਜਾਨੇ ਆ ਨੈਕਸਟ ਆ ਡਿਫਾਈਨ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਐਂਡ ਡਰਾਈਵ ਇਟਸ ਐਕਸਪ੍ਰੈਸ਼ਨ ਸੋ ਥਿਸ ਇਜ਼ ਆਲਸੋ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਸੋ ਬੱਚੇ ਇਹ ਜਿਹੜੇ ਕੁਐਸਚਨਸ ਕਰਵਾਏ ਜਾ ਰਹੇ ਆ ਇਹ ਮੋਸਟ ਇੰਪੋਰਟੈਂਟ ਕੁਐਸਚਨਸ ਆ ਠੀਕ ਹੈ ਸੋ ਇੱਥੇ ਧਿਆਨ ਰੱਖਣਾ ਆ ਜਦੋਂ ਪੋਟੈਂਸ਼ੀਅਲ એનર્ਜੀ ਵਾਲਾ ਕੁਐਸਚਨ ਆਏਗਾ ਤਾਂ ਲਿਮਿਟਸ ਕੀ ਲੈਣੀਆਂ ਆ ਇਨਫਿਨਿਟੀ ਟੂ ਆਰ ਕਿਉਂਕਿ ਅਸੀਂ ਇਨਫਿਨਿਟੀ ਤੋਂ ਚੀਜ਼ ਚੱਕ ਕੇ ਆਰ ਤੱਕ ਲੈ ਕੇ ਆ ਰਹੇ ਆ ਠੀਕ ਹੈ ਪਾਰਟਿਕੂਲਰ ਡਿਸਟੈਂਸ r ਤੱਕ ਲੈ ਕੇ ਆ ਰਹੇ ਹਾਂ ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਤੁਸੀਂ ਆਪਣਾ ਆਰਟੀਕਲ ਕੰਪਲੀਟ ਕਰਨਾ ਹੈ ਕਲੀਅਰ ਹੋ ਗਿਆ ਜੀ ਨੈਕਸਟ ਕੁਐਸਚਨ ਬੱਚੇ ਡਿੱਟੋ ਇਹਦੇ ਨਾਲ ਦਾ ਹੀ ਆ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਨੈਕਸਟ ਕੁਐਸਚਨ ਇਜ਼ ਡਿਫਾਈਨ ਅ ਸਕੇਲ ਵੈਲੋਸਿਟੀ ਐਂਡ ਡਰਾਈਵ ਇਟਸ ਐਕਸਪ੍ਰੈਸ਼ਨ ਥਿਸ ਇਜ਼ ਦਾ ਮੋਸਟ 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 ਇੰਪੋਰਟੈਂਟ ਕੁਐਸਚਨ ਬੱਚੇ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ ਜੋ ਕਿ ਕਹਿ ਲਓ ਲੌਂਗ ਆਰਟੀਕਲ ਦੇ ਵਿੱਚ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਆ ਇਹ ਮੰਨ ਕੇ ਚੱਲੋ ਕਿ 80% ਚਾਂਸਸ ਆ ਕਿ ਇਹ ਕੁਐਸਚਨ ਆਉਣ ਦੇ ਚਾਂਸਸ ਜ਼ਿਆਦਾ ਆ ਸੋ ਅਗਰ ਤੁਹਾਨੂੰ ਕੋਈ ਕੁਐਸਚਨ ਨਹੀਂ ਆਂਦਾ ਇਹਦੇ ਵਿੱਚੋਂ ਤਾਂ ਬੱਚੇ ਇਸਕੇ ਵੈਲੋਸਿਟੀ ਬਿਲਕੁਲ ਵੀ ਛੋੜ ਕੇ ਨਹੀਂ ਜਾਣਾ ਸੋ ਅਗਰ ਬੱਚੇ ਤੁਹਾਨੂੰ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਵਾਲਾ ਆਰਟੀਕਲ ਸਮਝ ਲੱਗ ਗਿਆ ਇਸਕੇ ਵੈਲੋਸਿਟੀ ਬੱਚੇ ਡਿੱਟੋ ਇਹਦੇ ਨਾਲ ਦਾ ਹੀ ਆ ਸੋ ਇਹ ਕੁਐਸਚਨ ਤੁਹਾਨੂੰ ਅੱਛੇ ਤਰੀਕੇ ਨਾਲ ਸਮਝ ਲੱਗ ਜਾਏਗਾ ਸੋ ਲਾਸਟ ਦੇ ਵਿੱਚ ਬੱਚੇ ਤਾਂ ਰਿਜ਼ਲਟ ਆਂਦਾ ਠੀਕ ਹੈ ਸੋ ਪੇਪਰ ਦੇ ਵਿੱਚ ਇਹ ਵੀ ਬਹੁਤ ਇੰਪੋਰਟੈਂਟ ਹੈ ਯਾ ਆਪਣੇ ਜਿਹੜੇ ਬੱਚੇ ਸੈਂਪਲ ਪੇਪਰਸ ਆ ਰਹੇ ਆ ਉਹਦੇ ਵਿੱਚ ਇਹ ਇੰਪੋਰਟੈਂਟ ਕੁਸ਼ਚਨ ਆ ਕਿ ਐਸਕੇ ਵੈਲੋਸਿਟੀ ਦੇ ਰਿਜ਼ਲਟ ਲਿਖ ਦਿਓ ਯਾ ਫਿਰ ਜੀ স্মਲ ਜੀ ਕੈਪੀਟਲ ਜੀ ਦੀ ਫਾਰਮ ਦੇ ਵਿੱਚ ਲਿਖ ਦਿਓ ਸੋ ਇਹਦੇ ਰਿਜ਼ਲਟ ਵੀ ਮੋਸਟ ਇੰਪੋਰਟੈਂਟ ਆ ਸੋ ਬਹੁਤ ਕੇਅਰਫੁਲੀ ਇਹਨੂੰ ਪ੍ਰਪੇਅਰ ਕਰਕੇ ਜਾਣਾ ਨੈਕਸਟ ਆ ਡਿਫਾਈਨ অরਬਿਟਲ ਵੈਲੋਸਿਟੀ ਡਰਾਈਵ ਇਟਸ ਐਕਸਪ੍ਰੈਸ਼ਨ ਥਿਸ ਇਜ਼ ਆਲਸੋ ਐਨ ਇੰਪੋਰਟੈਂਟ ਟਾਪਿਕ ਸੋ অরਬਿਟਲ ਵੈਲੋਸਿਟੀ ਬੱਚੇ ਇਹ ਵੀ ਇੰਪੋਰਟੈਂਟ ਟਾਪਿਕ ਹੈ ਸੋ ਇਹ ਵੀ ਬਹੁ ਸੋ ਬੱਚੇ ਅਗਰ ਉਹਨਾਂ ਨੇ ਪੁੱਛਿਆ ਕਿ ਟਾਈਮ ਪੀਰੀਅਡ ਲਿਖ ਕੇ ਆਓ ਤਾਂ ਟਾਈਮ ਪੀਰੀਅਡ ਵਾਲਾ ਜੋ ਆਰਟੀਕਲ ਹੈ ਇਹਦੇ ਵਿੱਚ ਸਭ ਇਹਦੇ ਵਿੱਚ ਬੱਚੇ ਸਭ ਆਰਟੀਕਲਸ ਕਾਫੀ ਹੈ ਸੋ એનર્ਜੀ ਵਾਲਾ ਕਰਕੇ ਆਣਾ ਅਗਰ ਉਹਨਾਂ ਨੇ ਇਹ ਕਿਹਾ ਕਿ ਇਹਦੇ ਵਿੱਚ ਬੱਚੇ ਵੈਲੋਸਟੀ ਹੈ ਰੇਡੀਅਸ ਹੈ ਦੈਨ ਅ એનર્ਜੀ ਵਾਲਾ ਆਰਟੀਕਲ ਹੈ ਟਾਈਮ ਪੀਰੀਅਡ ਹੈ ਹਾਈਟ ਵਾਲਾ ਆਰਟੀਕਲ ਹੈ ਸੋ ਜੋ ਜੋ ਉਹਨਾਂ ਨੇ ਪੁੱਛਿਆ ਹੋਏਗਾ ਉਸ ਤਰੀਕੇ ਨਾਲ ਜਿਹੜਾ ਤੁਸੀਂ ਇਹ ਆਰਟੀਕਲ ਸੋਲਵ ਕਰਕੇ ਆਣਾ ਬੱਚੇ ਕਲੀਅਰ ਹੋ ਗਿਆ ਸੋ ਬੁੱਕ ਦੀ ਹੈਲਪ ਲੈ ਲੈਣਾ ਐਕੂਰੇਟ ਦੀ ਬੁੱਕ ਦੇ ਵਿੱਚ ਸਿਰਫ ਟਾਈਮ ਪੀਰੀਅਡ ਵਾਲਾ ਦਿੱਤਾ ਹੋਇਆ ਹੈ ਅਦਰਵਾਈਜ਼ ਇਹਦੇ ਵਿੱਚ ਹਾਈਟ ਵਾਲਾ ਵੀ ਆਰਟੀਕਲ ਹੈ ਬਟ ਟਾਈਮ ਪੀਰੀਅਡ ਜ਼ਿਆਦਾ ਇੰਪੋਰਟੈਂਟ ਹੋਣ ਕਰਕੇ ਐਕੂਰੇਟ ਨੇ ਸਿਰਫ ਟਾਈਮ ਪੀਰੀਅਡ ਵਾਲਾ ਹੀ ਆਰਟੀਕਲ ਦਿੱਤਾ ਹੋਇਆ ਨੈਕਸਟ ਆ ਜਾਓ ਵਟ ਆਰ ਦਾ ਜਿਓ ਸਟੇਸ਼ਨਰੀ ਸੈਟਲਾਈਟ ਗਿਵ ਇਟਸ ਕੰਡੀਸ਼ਨਸ ਐਂਡ ਯੂਸਸ ਬੱਚੇ ਇਹ ਵਾਲਾ ਜਿਹੜਾ ਆ ਲੈਸ ਇੰਪੋਰਟੈਂਟ ਟਾਪਿਕ ਆ ਸੋ ਅਗਰ ਤੁਸੀਂ ਵੀਕ ਸਟੂਡੈਂਟ ਆ ਜਾਂ ਫਿਰ ਤੁਸੀਂ ਕਦੇ ਬੁੱਕ ਨੂੰ ਚੱਕ ਕੇ ਨਹੀਂ ਦੇਖਿਆ ਤਾਂ ਆਹ ਆਰਟੀਕਲ ਤੁਸੀਂ ਸਕਿਪ ਕਰਕੇ ਜਾ ਸਕਦੇ ਆ ਅਦਰਵਾਈਜ਼ ਬਹੁਤ ਜ਼ਿਆਦਾ ਈਜ਼ੀ ਟੌਪਿਕ ਹੈ ਇੱਕ ਵਾਰੀ ਜਸਟ ਰੀਡ ਆਊਟ ਕਰੋਗੇ ਤਾਂ ਲਰਨ ਹੋ ਜਾਏਗਾ ਨੈਕਸਟ ਆਰ ਡਿਊਟ ਕੈਪਲਰਸ ਲਾ ਜਾਂ ਲਾ ਆਫ ਏਰੀਆ ਸੋ ਰਜੀ ਇਹ ਵੀ ਬਹੁਤ ਹਲਕਾ ਜਿਹਾ ਛੋਟਾ ਜਿਹਾ ਆਰਟੀਕਲ ਹੈ ਇੰਪੋਰਟੈਂਟ ਆਰਟੀਕਲ ਨਹੀਂ ਆ ਅਗਰ ਤੁਸੀਂ ਇਹਨੂੰ ਨਹੀਂ ਪੜ੍ਹ ਕੇ ਜਾਣਾ ਚਾਹੁੰਦੇ ਤਾਂ ਸਕਿਪ ਕਰ ਸਕਦੇ ਆ ਬਟ ਅਗਰ ਤੁਸੀਂ 30 ਆਊਟ ਆਫ 30 ਆਊਟ 5 ਮਾਰਕਸ ਲੈਣਾ ਚਾਣਨੇ ਆ ਤਾਂ ਬੱਚੇ ਡੈਫੀਨੇਟਲੀ ਤੁਹਾਨੂੰ ਕੋਈ ਵੀ ਚੀਜ਼ ਛੱਡ ਕੇ ਨਹੀਂ ਜਾਣੀ ਚਾਹੀਦੀ ਸੋ ਲਾਸਟ ਆਰਟੀਕਲ ਹੈ ਡਿਡਿਊਟ ਨਿਊਟਨਸ ਲਾਅ ਆਫ ਗ੍ਰੈਵਿਟੇਸ਼ਨ ਫਰੋਮ ਕੇਪਲਰਸ ਲਾਅ ਸੋ ਇਹ ਵੀ ਬੱਚੇ ਲੈਸ ਇੰਪੋਰਟੈਂਟ ਟਾਪਿਕ ਹੈ ਸੋ ਇਹ ਇੱਕ ਵਾਰੀ ਸਮਝ ਲੈਣਾ ਬਿਕੋਜ਼ ਇਹ ਵਾਲਾ ਕੁਐਸਚਨ ਬੱਚੇ ਤੁਹਾਨੂੰ ਮੇਰੇ ਚੈਨਲ ਦੇ ਉੱਪਰ ਨਹੀਂ ਮਿਲੇਗਾ ਸਿੰਪਲ ਹੈ ਫੋਰਸ ਕਿਹਦੇ ਇਕੁਅਲ ਹੁੰਦਾ ਆ ਐਮ ਆਰ ਓਮੇਗਾ ਸਕੁਅਰ ਇਹ ਅਸੀਂ ਆਲਰੇਡੀ ਬੱਚੇ ਜਦੋਂ ਸੈਂਟ੍ਰਿਪੀਟਲ ਫੋਰਸ ਕੀਤਾ ਸੀ ਉਹਦੇ ਅੰਦਰ ਕਰ ਚੁੱਕੇ ਆ ਸੋ ਓਮੇਗਾ ਕਿਹਦੇ ਇਕੁਅਲ ਹੁੰਦਾ ਆ 2 ਪਾਈ ਓਵਰ ਟੀ ਸੋ ਜਦੋਂ ਬ੍ਰੈਕਟ ਓਪਨ ਕੀਤਾ 2 2 ਦਾ 4 ਪਾਈ ਸਕੁਅਰ ਟੀ ਸਕੁਅਰ ਨੈਕਸਟ ਆ ਗਿਆ ਸੋ ਇੱਥੋਂ ਬੱਚੇ ਜੇ ਅਗਰ ਅਸੀਂ ਕੈਪਿਟਲਸ 3rd ਲਾ ਦੀ ਡਿਫੀਨੇਸ਼ਨ ਦੇਖੀਓ ਓਕੇ ਦੇ ਇਕੁਅਲ ਹੁੰਦੀ ਆ ਟੀ ਸਕੁਅਰ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਆਰ 큐ਬ ਅਗਰ ਡਾਇਰੈਕਟਲੀ ਪ੍ਰੋਪੋਰਸ਼ਨ ਦਾ ਸਾਈਨ ਹਟਾ ਦਾਂਗੇ ਤਾਂ ਕਿਹਦੇ ਇਕੁਅਲ ਆ ਜਾਏਗਾ ਕਿ ਦੇ ਇਕੁਅਲ ਹੁਣ ਆਵਲੀ ਜਿਹੜੀ ਟੀ ਆ ਬੱਚੇ ਇਹ ਵਾਲੀ ਵੈਲਿਊ ਅਸੀਂ ਇੱਥੇ ਪੁੱਟ ਕਰਨ ਲੱਗੇ ਹਾਂ ਸੋ ਆ ਗਈ ਇਹ ਵਾਲੀ ਟਰਮ ਠੀਕ ਹੈ ਜੀ ਸੋ ਅਗਰ ਇਹਦੇ ਵਿੱਚ ਕੋਈ ਟਰਮ ਕੱਟ ਹੋ ਰਹੀ ਆ ਤਾਂ ਕੱਟ ਦਿਓ ਫਾਰ ਇਗਜ਼ਾਮਪਲ ਆਰ ਦੇ ਕੈਨਸਲ ਆਊਟ ਹੋ ਗਈ ਸੋ ਨੈਕਸਟ ਸਾਡੇ ਕੋ ਆ ਟਰਮ ਬਚ ਗਈ ਜਿਹਦੇ ਵਿੱਚ ਉਹ 4 ਪਾਈ ਸਕੁਅਰ ਕੀ ਆ ਕਨਸਟੈਂਟ ਕੇ ਵੀ ਕੀ ਆ ਕਨਸਟੈਂਟ ਸੋ ਐਫ ਸੀ ਕੇ ਦੇ ਇਕੁਅਲ ਆ ਗਿਆ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਐਮ ਆਰ ਸਕੁਅਰ ਕਲੀਅਰ ਹੋ ਗਿਆ ਜੀ ਸੋ ਬਿਲਕੁਲ ਛੋਟੀ ਜੀ ਬੱਚੇ ਡੈਰੀਵੇਸ਼ਨ ਹੈ ਸੋ ਡੈਰੀਵੇਸ਼ਨ ਦੇ ਲਾਸਟ ਦੇ ਵਿੱਚ 4 ਪਾਈ ਸਕੁਅਰ ਡਿਵਾਈਡਡ ਬਾਈ ਕੇ ਅਸੀਂ ਕੀ ਲਿਤਾ ਕਨਸਟੈਂਟ ਸੋ ਕਨਸਟੈਂਟ ਕਿਹੜਾ ਆ ਐਮ ਦੇ ਇਕੁਅਲ ਸੋ ਐਮ ਡਾਇਰੈਕਟਲੀ ਪ੍ਰੋਪੋਰਸ਼ਨ ਦਾ ਸਾਈਨ ਹਟਾਤਾ ਤਾਂ ਆ ਗਿਆ ਜੀ ਐਮ ਅਗਰ ਇੱਥੋਂ ਬੱਚੇ ਅਸੀਂ ਹੁਣ 3 ਔਰ 4th ਇਕੁਏਸ਼ਨ ਨੂੰ ਦੇਖੀਏ ਸੋ 3 ਔਰ 4 ਇਕੁਏਸ਼ਨ ਨੂੰ ਕੰਬਾਈਨ ਕਰਾਂਗੇ ਤਾਂ 4 ਪਾਈ ਸਕੁਅਰ ਕੇ ਦੀ ਜਗ੍ਹਾ ਤੇ ਅਸੀਂ ਕੀ ਲਿਖ ਸਕਦੇ ਹਾਂ ਜੀ ਐਮ ਸੋ ਬੱਚੇ 4 ਪਾਈ ਆਰ ਸਕੁਅਰ ਦੀ ਜਗ੍ਹਾ ਤੇ ਅਸੀਂ ਕੀ ਲਿਖ ਸਕਦੇ ਹਾਂ ਜੀ ਐਮ ਸੋ ਐਫ ਸੀ ਦਾ ਆਨਸਰ ਕਿੰਨਾ ਆ ਗਿਆ ਐਫ ਸੀ ਇਜ਼ ਇਕੁਅਲ ਟੂ ਜੀ ਐਮ ਐਮ ਓਵਰ ਆਰ ਸਕੁਅਰ ਸੋ ਥਿਸ ਇਜ਼ ਨਿਊਟਨਸ ਲਾਅ ਆਫ ਗ੍ਰੈਵਿਟੇਸ਼ਨ ਸੋ ਇਹ ਵੀ ਲੈਸ ਇੰਪੋਰਟੈਂਟ ਟਾਪਿਕ ਹੈ ਅਗਰ ਤੁਸੀਂ ਵੀਕ ਸਟੂਡੈਂਟ ਆ ਤਾਂ ਬੱਚੇ ਛੱਡ ਜੋ ਅਗਰ ਤੁਸੀਂ ਇੰਟੈਲੀਜੈਂਟ ਸਟੂਡੈਂਟ ਆ ਹੁਣ ਬੱਚੇ ਕਪੈਸਿਟੀ ਤਾਂ ਤੁਹਾਨੂੰ ਪਤਾ ਹੋਏਗੀ ਤਾਂ ਤੁਸੀਂ ਇਹ ਕੁਐਸਚਨ ਬਿਲਕੁਲ ਕਰਕੇ ਜਾਣਾ ਆ ਨੈਕਸਟ ਬੱਚੇ ਕਨਸੈਪਟ ਬੇਸ ਕੁਐਸਚਨ ਹੈ 1 ਮਾਰਕਸ ਦੇ ਇਕਵਰੀ ਜਸਟ ਦੇਖ ਲੈਣਾ ਕਨਸੈਪਟ ਬੇਸ ਕੁਐਸਚਨ ਹੈ ਸੋ ਬੱਚੇ ਇਹ ਸਿਰਫ ਔਰ ਸਿਰਫ 9 ਕੁਐਸਚਨਸ ਆ 9 ਕੁਐਸਚਨ ਦੇ ਵਿੱਚੋਂ 6 ਕੁਐਸਚਨਸ ਮੋਸਟ ਇੰਪੋਰਟੈਂਟ ਹੈ ਜਿਹੜੇ ਕੀ ਕੁਐਸਚਨ ਨੰਬਰ 6 ਤੱਕ ਹੈ ਆਰਬਿਟਲ ਵੈਲੋਸਿਟੀ ਤੱਕ ਸੋ ਅਗਰ ਤੁਸੀਂ ਵੀਕ ਸਟੂਡੈਂਟ ਆ ਬੱਚੇ অরਬिटल ਵੈਲੋਸਿਟੀ ਤੱਕ ਅੱਛੇ ਤਰੀਕੇ ਨਾਲ ਪ੍ਰਪੇਅਰ ਕਰਨਾ ਅਗਰ ਤੁਸੀਂ ਇੰਟੈਲੀਜੈਂਟ ਸਟੂਡੈਂਟ ਆ ਤਾਂ ਬਾਕੀ ਕੁਐਸਚਨਸ ਵੀ ਅੱਛੇ ਤਰੀਕੇ ਨਾਲ ਪ੍ਰਪੇਅਰ ਕਰ ਲੈਣਾ ਕਲੀਅਰ ਹੋ ਗਿਆ ਜੀ ਸੋ ਜਾਂਦੇ ਜਾਂਦੇ ਬੱਚੇ ਵੀਡੀਓ ਨੂੰ ਲਾਈਕ ਕਰ ਦਿਓ ਔਰ ਮੈਕਸਿਮਮ ਸ਼ੇਅਰ ਕਰ ਦਿਓ ਬੱਚੇ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਕਿਸੇ ਵੀ ਬੱਚੇ ਦਾ ਕੋਈ ਇੰਪੋਰਟੈਂਟ ਕੁਐਸਚਨ ਨਾ ਛੁੱਟੇ ਥੈਂਕ ਯੂ ਸੋ ਮੱਚ